ਹਾਂਜੀ, ਸਵਾਗਤ ਹੈ ਤੁਹਾਡਾ ਖਤਰਾ LSI ਕੇ YouTube ਚੈਨਲ 'ਤੇ। ਇੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ। 450 ਪਲੱਸ ਵੀਡੀਓਜ਼ ਨੇ ਆਪਣੇ ਚੈਨਲ 'ਤੇ, ਉਹ ਵੀ ਜ਼ਰੂਰ ਦੇਖੋ। ਤਾਂ ਜੀ, ਆਪਣੀ ਜਿਹੜੀ ਅਪਡੇਟ ਆ ਅਗਲੇ 4 ਤੋਂ 6 ਘੰਟਿਆਂ ਦੌਰਾਨ, ਜਾਂ ਹੁਣ ਵੀ ਜਦੋਂ ਅਸੀਂ ਵੀਡੀਓ ਪਾ ਰਹੇ ਹਾਂ ਜਾਂ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ, ਇਹਨਾਂ ਜ਼ਿਲ੍ਹਿਆਂ 'ਚ ਮੀਂਹ ਹੋ ਸਕਦਾ ਪੈ ਰਿਹਾ ਹੋਵੇ। ਅਤੇ ਅਸੀਂ ਤੁਹਾਨੂੰ ਦੱਸਦੇ ਨੇ ਵੀ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬਾਰਿਸ਼ ਅੱਜ ਹੋ ਸਕਦੀ ਹੈ, ਹਲਕੇ ਤੋਂ ਦਰਮਿਆਨਾ, ਕੁਝ ਜ਼ਿਲ੍ਹਿਆਂ 'ਚ ਦਰਮਿਆਨੇ ਤੋਂ ਲੈ ਕੇ ਭਾਰੀ ਮੀਂਹ ਪੈ ਸਕਦਾ ਗਾ। ਜਿਵੇਂ ਕਿ ਅੱਜ ਵੀ ਬਸ ਲਗਭਗ ਪੂਰਾ ਜਿਹੜਾ ਬਹੁਤ ਤੇਜ਼ ਚੱਲ ਰਿਹਾ ਹੈਗਾ, ਅਤੇ ਥੋੜ੍ਹੀ ਬਹੁਤ ਹਲਚਲ ਹੈ। ਅਗਲੇ 4 ਤੋਂ 6 ਘੰਟਿਆਂ ਦੌਰਾਨ ਜਾਂ ਹੁਣ ਮੀਂਹ ਪੈ ਰਿਹਾ ਜਿੱਥੇ, ਉਹਨਾਂ ਜ਼ਿਲ੍ਹਿਆਂ ਦਾ ਜੀ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਚੰਡੀਗੜ੍ਹ, ਰੋਪੜ, ਮੋਹਾਲੀ ਅਤੇ ਲੁਧਿਆਣਾ, ਇੱਥੇ ਹਲਕੀ ਤੋਂ ਲੈ ਕੇ ਦਰਮਿਆਨੀ ਅਤੇ ਦਰਮਿਆਨੀ ਤੋਂ ਲੈ ਕੇ ਭਾਰੀ ਕਾਰਵਾਈ ਹੋ ਸਕਦੀ ਹੈ ਅਗਲੇ 4 ਤੋਂ 6 ਘੰਟਿਆਂ ਦੇ ਤੱਕ ਵਿੱਚ। ਅਤੇ ਜਿੱਥੇ ਕਿਤੇ ਹੋ ਰਹੀ ਹੈ, ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਇੱਥੇ ਬਾਰਿਸ਼ ਸਾਡੇ ਹੋ ਰਹੀ ਹੈ। ਅਤੇ ਬਾਕੀ ਕੁਝ ਜ਼ਿਲ੍ਹਿਆਂ 'ਚ ਅੱਗੇ ਵੀ ਕਾਰਵਾਈ ਜਿਹੜੀ ਬਣ ਰਹੀ ਹੈ, ਉਹ ਵੀ ਅਸੀਂ ਤੁਹਾਨੂੰ ਵੀਡੀਓ ਰਾਹੀਂ ਦੱਸਾਂਗੇ। ਅਗਲੇ 4 ਤੋਂ 6 ਘੰਟੇ ਦੌਰਾਨ ਦੀ ਇਹੀ ਅਪਡੇਟ ਹੈ ਜੀ, ਇਹ ਜ਼ਿਲ੍ਹੇ ਹੈ। ਵੀਡੀਓ ਦੇਖਣ ਲਈ ਧੰਨਵਾਦ। ਲਾਈਕ ਜ਼ਰੂਰ ਕਰੋ, ਸ਼ੇਅਰ ਵੀ ਕਰੋ।